ਕੈਨੇਡਾ ਦੇ ਵਿੱਚ ਇਸ ਵੇਲੇ ਇੰਟਰਸਟੇਟ ਜਿਹੜੇ ਆ ਉਹ ਵਧਾਏ ਜਾ ਰਹੇ ਆ ਜਿਹਦੇ ਕਰਕੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਜਿਹੜਾ ਦੇਖਿਆ ਜਾ ਰਿਹਾ ਲੋਕਾਂ ਨੂੰ ਲੱਗਦਾ ਕਿ ਇੰਟਰਸਟੇਟ ਵਧਣਗੇ ਤਾਂ ਘਰਾਂ ਦੀਆਂ ਕੀਮਤਾਂ ਹੀਟਾਂ ਦੇ ਸਕਦੀਆਂ ਇਸ ਕਰਕੇ ਉਹਨਾਂ ਨੇ ਹਾਲ ਦੀ ਘੜੀ ਕੁਝ ਹੱਦ ਤੱਕ ਆਪਣੀ ਜਿਹੜੀ ਐਕਟੀਵਿਟੀ ਆ ਘਰਾਂ ਦੀ ਮਾਰਕੀਟ ਵਿੱਚ ਸਰਗਰਮੀ ਆ ਉਹ ਘਟਾਈ ਆ ਜਿਸ ਦਾ ਅਸਰ ਵੈਨਕੂਵਰ ਤੋਂ ਲੈ ਕੇ ਟ੍ਰਾਂਟੋ ਤੱਕ ਦੇਖਿਆ ਜਾ ਸਕਦਾ ਆ ਜਿਹੜੇ ਅੰਕੜੇ ਆ ਰਹੇ ਆ ਉਹ ਵੀ ਇਸ ਗੱਲ ਦੀ ਸ਼ਾਹੀ ਭਰਦੇ ਆ ਕਿ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਜਿਹੜੀ ਆ ਅਗੇ ਨਾਲੋਂ ਸਲੋ ਹੋਈ ਆ ਯਾਨੀ ਕਿ ਘਰਾਂ ਦੀ ਜਿਹੜੀ ਵਿਕਰੀ ਆ ਖਰੀਦੋ ਫਰੋਖਤ ਆ ਉਹ ਘਟੀ ਆ ਇਹ ਗੱਲ ਵੱਖਰੀ ਆ ਕਿ ਕੀਮਤਾਂ ਨੂੰ ਹੱਲੇ ਕੋਈ ਜਿਹੜਾ ਬਹੁਤਾ ਫਰਕ ਨਹੀਂ ਪਿਆ ਹੁਣ ਜਿਹੜੀ ਕੈਨੇਡਾ ਸਰਕਾਰ ਆ ਇਹ ਘਰਾਂ ਦੀ ਮਾਰਕੀਟ ਦੇ ਵਿੱਚ ਵਧ ਰਹੀ ਪ੍ਰਾਈਸ ਨੂੰ ਰੋਕਣ ਦੇ ਵਾਸਤੇ ਬਹੁਤ ਯਤਨ ਕਰ ਰਹੀ ਆ ਬੀਤੇ ਦੇ ਵਿੱਚ ਬਹੁਤ ਆਉਂਦੇ ਟੈਕਸ ਜਿਹੜੇ ਆ ਉਹ ਲਾਏ ਗਏ ਪਰ ਗੱਲ ਜਿਹੜੀ ਆ ਨਹੀਂ ਬਣੀ ਸੂਬਾ ਪੱਧਰ ਦੇ ਉੱਤੇ ਕੋਸ਼ਿਸ਼ਾਂ ਹੋਈਆਂ ਮੁਲਕ ਪੱਧਰ ਦੇ ਉੱਤੇ ਕੋਸ਼ਿਸ਼ਾਂ ਹੋਈਆਂ ਹੁਣ ਜਿਹੜਾ ਬਜਟ ਪੇਸ਼ਰੀ ਵਰੀ ਇਸ ਵਰੀ ਆ ਪੇਸ਼ ਕੀਤਾ ਗਿਆ ਲੈਬਲ ਸਰਕਾਰ ਵੱਲੋਂ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀਗਾ ਕਿ ਕੁਝ ਹੋਰ ਸਖਤ ਕਦਮ ਜਿਹੜੇ ਚੱਕੇ ਜਾਣਗੇ ਜਿਨ੍ਹਾਂ ਦੇ ਨਾਲ ਕਿ ਜਿਹੜੇ ਖਰੀਦਦਾਰ ਆ ਉਹਨਾਂ ਦੇ ਹੱਕ ਸੁਰੱਖਿਅਤ ਰੱਖੇ ਜਾ ਸਕਣ ਹੁਣ ਇੱਕ ਵੱਡੀ ਸਮੱਸਿਆ ਇਹ ਸੀ ਕਿ ਘਰ ਥੋੜੇ ਸੀ ਕੈਨੇਡਾ ਦੇ ਵਿੱਚ ਖਰੀਦਣ ਵਾਲੇ ਜ਼ਿਆਦਾ ਸੀ ਚਾਹੇ ਉਹ ਕੈਨੇਡਾ ਦੇ ਵਿੱਚਲੇ ਸੀ ਜਾਂ ਬਾਹਰੋਂ ਪੈਸੇ ਆਇਆ ਸੀ ਉਹ ਲੋਕਾਂ ਕੋਲ ਉਹ ਖਰੀਦ ਰਹੇ ਸੀ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਮਲਟੀਪਲ ਆਫਰਸ ਆਉਂਦੀਆਂ ਸੀ ਖਰੀਦਦਾਰ ਜਿਹੜੇ ਹੁੰਦੇ ਸੀਗੇ 10 12 ਹੁੰਦੇ ਸੀਗੇ ਤੇ ਪ੍ਰਾਪਰਟੀ ਇੱਕ ਹੁੰਦੀ ਸੀ ਇੱਕ ਪਿੰਡੂ ਤੇ ਇੱਕ ਨਿੰਬੂ ਤੇ ਪਿੰਡਪੋ ਸਿਆਲਾ ਉਹ ਗੱਲ ਜਿਹੜੀ ਹੋਈ ਪਈ ਸੀ ਸੋ ਮਲਟੀਪਲ ਆਫਰਸ ਦੇ ਵਿੱਚ ਕੀ ਆ ਕਿ ਇਹ ਜਿਹੜਾ ਵੇਚਣ ਵਾਲਾ ਸੈਲਰ ਆ ਉਹਦੇ ਕੋਲੇ اختیار ਆ ਕਿ ਉਹ ਦਸੇਰਾਂ ਨਾਲ ਦਸੇਰ ਤੋਂ ਕੋਲ ਕਿੰਨੀਆਂ ਆਫਰਾਂ ਆ ਜਾਂ ਜਿਹੜੇ ਬੰਦੇ ਖਰੀਦ ਰਹੇ ਆ ਉਹ ਕਿੰਨੇ ਕਿੰਨੇ ਪੈਸੇ ਦੀ ਪੇਸ਼ਕਸ਼ ਜਿਹੜੀ ਆ ਉਹਨੂੰ ਕਰ ਚੁੱਕੇ ਆ ਪਰ ਹੁਣ ਕੈਨੇਡਾ ਸਰਕਾਰ ਨੇ ਇਸ ਸਬੰਧੀ ਨੀਤੀ ਘੜਨੀ ਸ਼ੁਰੂ ਕਰ ਦਿੱਤੀ ਆ ਇਸ ਸਬੰਧੀ ਆਲਰੇਡੀ ਜਿਹੜੇ ਵਕੀਲ ਆ ਉਹ ਚੋਰ ਮੋਰੀਆਂ ਬੰਦ ਕਰਕੇ ਇੱਕ ਨਵਾਂ ਜਿਹੜਾ ਐਕਟ ਲਿਆਉਣ ਦੀ ਤਿਆਰੀ ਕਰ ਰਹੇ ਆ ਇਸ ਸਬੰਧੀ ਸੂਬਾ ਸਰਕਾਰਾਂ ਦੇ ਨਾਲ ਰੀਅਲ ਏਸਟੇਟ ਐਸੋਸੀਏਸ਼ਨਾਂ ਦੇ ਨਾਲ ਤੇ ਇਸ ਪੂਰੇ ਪੂਰੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਸਟੇਕ ਹੋਲਡਰਸ ਆ ਉਹਨਾਂ ਦੇ ਨਾਲ ਸਲਾਹਾਂ ਕੀਤੀਆਂ ਜਾ ਰਹੀਆਂ ਤਾਂ ਕਿ ਜਲਦੋਂ ਜਲਦੇ ਨਵਾਂ ਐਕਟ ਜਿਹੜਾ ਆ ਉਹ ਲਿਆਂਦਾ ਜਾ ਸਕੇ ਸੋ ਹੋਮ ਬਾਰਜ਼ ਬਿਲ ਆਫ ਰਾਈਟਸ ਨੂੰ ਕਿਹਾ ਜਾ ਰਿਹਾ ਸੋ ਇਹਦੇ ਵਿੱਚ ਕੀ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਬਲਾਈਂਡ ਬਿਡਿੰਗ ਆ ਉਹਨੂੰ ਬੰਦ ਕਰਨਾ ਬਲਾਈਂਡ ਬਿਡਿੰਗ ਦਾ ਮਤਲਬ ਇਹੀ ਆ ਕਿ ਜਿਹੜਾ ਸੈਲਰ ਆ ਉਹ ਦੱਸਦਾ ਨਹੀਂ ਹੈਗਾ ਬਾਅਰਜ਼ ਨੂੰ ਬੇਰੋਂ ਕਿੰਨੀਆਂ ਆਫਰਾਂ ਮਿਲੀਆਂ ਤੇ ਕਿਹੜੀ ਆਫਰ ਕਿੰਨੇ-ਕਿੰਨੇ ਦੀ ਆ ਜਿਹੜਾ ਨਵਾਂ ਕਾਨੂੰਨ ਜਿਹੜਾ ਜਦੋਂ ਲਾਗੂ ਹੋ ਜਾਣਾ ਉਹਦੇ ਵਿੱਚ ਫਿਰ ਵੇਚਣ ਵਾਲੇ ਨੂੰ ਦੱਸਣਾ ਪੈਣਾ ਮੈਨੂੰ 4 5 7 ਜਿੰਨੀਆਂ ਵੀ ਆਫਰਾਂ ਆਈਆਂ ਉਹ ਆਈਆਂ ਤੇ ਆਹ ਜਿਹੜੇ ਆ ਕੀਮਤ ਦੇ ਉੱਤੇ ਆਈਆਂ ਸੋ ਡਿਸਕਲੋਜ਼ ਕਰਨਾ ਪਿਆ ਕਰੂਗਾ ਉਹਨੂੰ ਸਾਰੇ ਜਿਹੜੇ ਜਿੰਨੇ ਵੀ ਆਫਰ ਭਰਨ ਵਾਲੇ ਆ ਉਹਦੇ ਨਾਲ ਫਿਰ ਜਿਹੜੀ ਆ ਕਹਿੰ ਲੋ ਪਾਰਦਰਸ਼ਤਾ ਥੋੜੀ ਜਿਹੀ ਵੱਧ ਜਾਣੀ ਆ ਇਹਦੇ ਨਾਲ ਹੀ ਜਿਹੜੀ ਸਬਜੈਕਟ ਫਰੀ ਆਫਰ ਜਾਂਦੀ ਆ ਕੈਸ਼ ਆਫਰ ਉਹਨੂੰ ਰੋਕਣ ਦੇ ਵਾਸਤੇ ਵੀ ਕੋਸ਼ਿਸ਼ਾਂ ਅਰੰਭੀਆਂ ਜਾ ਰਹੀਆਂ ਆ ਇਹੋ ਜਿਹਾ ਸਿਸਟਮ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਵਿਅਕਤੀ ਦੀ ਫਿਰ ਆਫਰ ਐਕਸੈਪਟ ਹੋ ਜਾਂਦੀ ਆ ਉਹਨੂੰ ਜਿਹੜਾ ਆ ਜੀ ਕਟੋ ਕੱਟ 5-7 ਦਿਨ ਮਿਲਣਾ ਤਾਂ ਕਿ ਉਹ ਘਰ ਦੀ ਚੰਗੀ ਤਰ੍ਹਾਂ ਇਨਸਪੈਕਸ਼ਨ ਕਰਾ ਸਕੇ ਤਾਂ ਕਿ ਕੱਲ ਨੂੰ ਉਹਨੂੰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਾ ਮਿਲੇ ਵੀ ਤਾਂ ਛੱਤ ਚੋਂ ਦੀ ਸੀ ਤੇ ਇਹਦੀ ਫਾਊਂਡੇਸ਼ਨ ਜਿਹੜੀ ਆ ਉਹਦੇ ਵਿੱਚ ਤੇੜਾ ਆ ਥੱਲੇ ਪਾਣੀ ਆ ਰਿਹਾ ਆ ਸੋ ਇਸ ਵਾਸਤੇ ਇਨਸਪੈਕਸ਼ਨ ਲਾਜ਼ਮੀ ਕੀਤੀ ਜਾ ਰਹੀ ਆ ਸੋ ਇਹ ਕੁਝ ਬਦਲਾ ਆ ਜਿਹੜੇ ਕਿ ਕੈਨੇਡਾ ਦੀ ਹਾਊਸਿੰਗ ਇੰਡਸਟਰੀ ਵਿੱਚ ਕਰਕੇ ਕੈਨੇਡਾ ਸਰਕਾਰ ਨੂੰ ਲੱਗਦਾ ਕਿ ਕੀਮਤਾਂ ਜਿਹੜੀਆਂ ਥੱਲੇ ਆ ਜਾਣਗੀਆਂ ਆ ਗੱਲ ਕਰੀਏ ਦੂਜੇ ਪਾਸੇ ਅੰਕੜਿਆਂ ਦੀ ਤਾਂ ਜਿਹੜੀ ਕ੍ਰਿਆਯਾ ਕੈਨੇਡੀਅਨ ਰੀਅਲ اسٹیਟ ਐਸੋਸੀਏਸ਼ਨ ਜਿਹਦੇ ਅੰਦਰ 1 ਲੱਖ ਦੇ ਕਰੀਬ ਰੀਅਲਟਰ ਜਿਹੜੇ ਕੰਮ ਕਰਦੇ ਆ ਉਹਨਾਂ ਨੇ ਦੱਸਿਆ ਕਿ ਮਾਰਚ ਮਹੀਨਾ ਜਿਹੜਾ ਲੰਘ ਕੇ ਗਿਆ ਇਹਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਘਰਾਂ ਦੀ ਜਿਹੜੀ ਵਿਕਰੀ ਆ ਪਹਿਲੇ ਮਹੀਨਿਆਂ ਦੇ ਨਾਲੋਂ ਘਟੀ ਆ ਪਰ ਕੀਮਤ ਦੇ ਵਿੱਚ ਕੋਈ ਫਰਕ ਨਹੀਂ ਪਿਆ ਕੀਮਤ ਜਿਹੜੀ ਆ ਜਾਂ ਵਧੀ ਆ ਜਾਂ ਉੱਥੇ ਘਟੀ ਕੀ ਰਹੀ ਆ ਇਸ ਦੇ ਨਾਲ ਹੀ ਇੱਕ ਹੋਰ ਬਹੁਤ ਵੱਡੀ ਕੰਪਨੀ ਆ ਕਹਿਣ ਦੀ ਰਾਇਲੀ ਪੇਜ ਉਹਨਾਂ ਵੱਲੋਂ ਭਵਿੱਖਬਾਣੀ ਕੀਤੀ ਗਈ ਆ ਕਿ ਹੱਲੇ ਵੀ ਸੈਲਰਸ ਦੀ ਮਾਰਕੀਟ ਰਹਿਣੀ ਆ ਉਹ ਕਹਿੰਦੇ ਵੀ ਬਾયર ਦੀ ਮਾਰਕੀਟ ਹੱਲੇ ਨਹੀਂ ਆਉਣੀ ਕਿਉਂਕਿ ਬੇਸ਼ੱਕ ਉਹ ਕਹਿੰਦੇ ਇੰਟਰਸਟ ਰੇਟ ਵਧ ਜਾਣ ਪਰ ਫੰਡਾਮੈਂਟਲ ਜਿਹੜੀ ਉਹ ਇਹੀ ਦੱਸ ਰਿਹਾ ਕਿ ਕੈਨੇਡਾ ਦੇ ਵਿੱਚ ਹੱਲੇ ਵੀ ਖਰੀਦਦਾਰ ਜ਼ਿਆਦਾ ਆ ਸਪਲਾਈ ਘਟਿਆ ਉਹਨਾਂ ਨੇ ਤਾਂ ਇਹ ਵੀ ਪੁਖਬਾਨੀ ਕਰ ਦਿੱਤੀ ਆ ਕਿ ਇਹ 2022 ਯਾਨੀ ਕਿ ਇਸ ਸਾਲ ਦੇ ਵਿੱਚ 15% ਕੀਮਤਾਂ ਹੋਰ ਉੱਪਰ ਚਲੇ ਜਾਣੀਆਂ ਆ ਮਗਲਾ ਆ ਆਮ ਬੰਦਾ ਆ ਉਹ ਜੋ ਸੋਚਦਾ ਵੀ ਮੈਂ ਡਰਿਆ ਬੈਠਾ ਇੰਟਰਸਟਡ ਜਿਹੜੇ ਉੱਪਰ ਜਾ ਰਹੇ ਆ ਹਲੇ ਹੋਰ ਕਹਿੰਦੇ ਉੱਪਰ ਚਲੇ ਜਾਣੇ ਆ ਤੇ ਮੈਨੂੰ ਮੁਰਗੀਆਂ ਦੀਆਂ ਡਰ ਲੱਗਦਾ ਤੇ ਅਜਿਹੇ ਸਮੇਂ ਦੇ ਵਿੱਚ ਭਵਿੱਖਬਾਣੀ ਕਿਵੇਂ ਕੀਤੀ ਜਾ ਸਕਦੀ ਹੈ ਕਿ 15% ਕੀਮਤਾਂ ਉੱਪਰ ਜਾ ਰਹੀਆਂ ਪਰ ਰਾਇਲ ਲੀਪੇਜ ਬਹੁਤ ਵੱਡੀ ਫਰਮ ਆ ਉਹ ਕਹਿੰਦੇ ਸਾਰੇ ਅੰਕੜੇ ਚੈੱਕ ਕਰਕੇ ਇਹ ਭਵਿੱਖਬਾਣੀ ਕਰ ਰਹੇ ਆ ਕਿ 2022 ਦੇ ਵਿੱਚ ਕੀਮਤਾਂ ਜਿਹੜੀਆਂ ਆ 15% ਉੱਪਰ ਚਲੇ ਜਾਣਗੀਆਂ ਸੋ ਇਹ ਭਵਿੱਖਬਾਣੀ ਕਿੰਨੀ ਸੱਚੀ ਸਾਬਤ ਹੁੰਦੀ ਆ ਇਹ ਸਮਾਂ ਦੱਸੂਗਾ ਪਰ ਇੰਨੀ ਗੱਲ ਜ਼ਰੂਰ ਆ ਕਿ ਜਿਹੜੇ ਰੀਅਲਟਰ ਨੇ ਜਾਂ ਉਹ ਹੋਰ ਜਿਹੜੇ ਸਾ ਇੰਡਸਟਰੀ ਦੇ ਵਿੱਚ ਇਨਵੋਲਵ ਲੋਕ ਆ ਉਹ ਦੱਸ ਰਹੇ ਆ ਕਿ ਲੋਕੀ ਥੋੜੇ ਜੇ ਅੱਗੇ ਨਾਲੋਂ ਚਿਜ ਕੇ ਚੱਲ ਰਹੇ ਆ ਉਹਨਾਂ ਨੂੰ ਲੱਗਦਾ ਕਿ ਕੁਝ ਦੇਖਣਾ ਚਾਹੀਦਾ ਸਮਾਂ ਹੱਲੇ ਬੀ ਇੰਟਰਸਟਿਡ ਜਿਹੜੇ ਆ ਉਹ ਕੀ ਪ੍ਰਭਾਵ ਪਾਉਂਦੇ ਆ ਮਾਰਕੀਟ ਦੇ ਉੱਤੇ ਜ਼ਾਹਰ ਆ ਕਿ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਅੱਗੇ ਨਾਲੋਂ ਉਤਸ਼ਾਹ ਘਟਿਆ ਆ ਲੋਕੀ ਡਰੇ ਆ ਉਹਨਾਂ ਨੂੰ ਲੱਗਦਾ ਕਿ ਥੋੜੇ ਮਹੀਨੇ ਵੇਟ ਕਰ ਲੈਣੇ ਆ ਉਦੋਂ ਬਾਅਦ ਕੋਈ ਅਗਲਾ ਸਟੈਪ ਜਿਹੜਾ ਆ ਉਹ ਚੱਕਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ